ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਲੋਕ ਸਭਾ ਚੋਣਾਂ 2024 ਦਾ ਆਗਾਜ਼ ਹੋ ਚੁੱਕਿਆ ਹੈ। ਜਿੱਦਾਂ ਹੀ ਡੇਟ ਅਨਾਊਂਸ ਹੋਏ ਉਦਾਂ ਹੀ ਦੇਖਿਆ ਜਾ ਰਿਹਾ ਸਿਆਸੀ ਪਾਰਟੀਆਂ ਆਪਣੇ ਆਪਣੇ ਕੰਮਾਂ ਦੇ ਵਿੱਚ ਜੁੜ ਚੁੱਕੀਆਂ ਨੇ। ਤਾਂ ਚੋਣ ਜਾਬਤਾ ਲੱਗਣ ਦੇ ਨਾਲ ਹੀ ਸਾਰੀ ਸਿਆਸੀ ਪਾਰਟੀ ਆਪਣੇ ਆਪਣੇ ਰੈਲੀਆਂ ਦੇ ਵਿੱਚ ਜੁੜ ਚੁੱਕੀ ਹੈ। ਆਪਣੇ ਆਪਣੇ ਲੋਕਾਂ ਨੂੰ ਜੋ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਨੇ, ਤਾਂ ਇਸੇ ਵਿਚਾਲੇ ਸਿਆਸੀ ਪਾਰਟੀਆਂ ਦੀ ਸਥਿਤੀ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ। ਤਾਂ ਇਸੇ ਦੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇੰਦਰਜੀਤ ਜੀ, ਸਾਡੇ ਸਹਿਯੋਗੀ ਸਟੂਡੀਓ ਦੇ ਵਿੱਚ ਮੌਜੂਦ ਨੇ, ਅਸੀਂ ਇਸ ਨੂੰ ਲੈ ਕੇ ਗੱਲ ਕਰ ਲੈਂਦੇ ਹਾਂ। ਤਾਂ ਇੰਦਰ, ਕੀ ਕਹਿਣਾ ਹੈ, ਜਿਹੜੀ ਇੱਕ ਆਗਾਜ਼ ਹੋ ਚੁੱਕਿਆ ਹੈ ਲੋਕ ਸਭਾ ਚੋਣਾਂ ਦਾ, ਤਾਂ ਇਸ ਦੇ ਵਿੱਚ ਪਾਰਟੀਆਂ ਦੀ ਸਥਿਤੀ ਕੀ ਦੇਖੀ ਜਾ ਰਹੀ ਹੈ? ਜੀ ਨਿਧੀ, ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਜਿਹੜੀਆਂ ਲੰਮੇ ਸਮੇਂ ਤੋਂ ਚਰਚਾਵਾਂ ਚੱਲਦੀਆਂ ਸੀ, ਜਿਹੜੀ ਪ੍ਰੈਸ ਕਾਨਫਰੰਸ ਦਾ ਵੇਟ ਕੀਤਾ ਜਾ ਰਿਹਾ ਸੀ, ਉਡੀਕ ਕੀਤੀ ਜਾ ਰਹੀ ਸੀ, ਉਹ ਪ੍ਰੈਸ ਕਾਨਫਰੰਸ ਬੀਤੇ ਦਿਨੀ ਕੀਤੀ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ। ਇਲੈਕਸ਼ਨ ਕਮਿਸ਼ਨ ਪ੍ਰੈਸ ਕਾਨਫਰੰਸ ਕਰਦੇ ਆ, 7 ਗੇੜ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਪੂਰੇ ਦੇਸ਼ ਭਰ ਦੇ ਵਿੱਚ, ਅਤੇ 7ਵਾਂ ਗੇੜ ਹੈ ਜਿਹੜਾ, ਭਾਵ ਕਿ ਸਭ ਤੋਂ ਆਖਰੀ ਗੇੜ ਹੈ ਜਿਹੜਾ 1 ਜੂਨ ਨੂੰ ਸ਼ੁਰੂ ਹੋਏਗਾ, ਉਸ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ, ਅਤੇ ਸਾਰੀਆਂ ਚੋਣਾਂ ਦੇ ਨਤੀਜੇ ਆ ਜਿਹੜੇ ਉਹ 4 ਜੂਨ ਨੂੰ ਐਲਾਨ ਦਿੱਤੇ ਜਾਣਗੇ, ਘੋਸ਼ਿਤ ਕਰ ਦਿੱਤੇ ਜਾਣਗੇ। ਉਸ ਦਿਨ ਪਤਾ ਲੱਗ ਜਾਏਗਾ ਕਿ ਕਿਹਦੀਆਂ ਆਸਾਂ ਨੂੰ ਬੂਰ ਪਿਆ। ਅਤੇ ਇਸ ਪ੍ਰੈਸ ਕਾਨਫਰੰਸ ਦੇ ਐਲਾਨ ਤੋਂ ਬਾਅਦ ਦੇ ਵਿੱਚ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹ ਨਿਧੀ ਆਪੋ ਆਪਣੇ ਕੰਮਾਂ ਦੇ ਵਿੱਚ ਜੁੱਟ ਗਈਆਂ। ਜਿਵੇਂ ਤੁਸੀਂ ਦੱਸਿਆ ਕਿ ਚੋਣ ਪ੍ਰਚਾਰ ਉਹਨਾਂ ਦਾ ਮੁੱਖ ਮੁੱਦਾ ਬਣ ਚੁੱਕਿਆ, ਹੁਣ ਤੋਂ ਲੈ ਕੇ ਲਗਾਤਾਰ 1 ਜੂਨ ਤੱਕ ਚੋਣ ਪ੍ਰਚਾਰ ਕੀਤਾ ਜਾਣਾ। ਹਾਲਾਂਕਿ ਉਸ ਤੋਂ ਪਹਿਲਾਂ ਦਿਨ ਦੇ ਦਿੱਤਾ ਜਾਂਦਾ ਕਿ ਇਸ ਦਿਨ ਤੱਕ, ਭਾਵ ਕਿ ਜਿਹੜੇ ਗੇੜ 'ਚ ਤੁਹਾਡੇ ਚੋਣਾਂ ਹੋਣੀਆਂ ਨੇ ਉਸ ਗੇੜ ਤੋਂ ਇੰਨੇ ਦਿਨ ਪਹਿਲਾਂ ਤੱਕ ਤੁਸੀਂ ਚੋਣ ਪ੍ਰਚਾਰ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਹਲਕਿਆਂ ਦੇ ਵਿੱਚ ਨਹੀਂ ਜਾ ਸਕਦੇ। ਸੋ 13 ਲੋਕ ਸਭਾ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਸਿਆਸੀ ਦੰਗਲ ਭਖੇਗਾ, ਪਰ ਇਹ ਜਿਹੜੀਆਂ 1 ਜੂਨ ਨੂੰ ਚੋਣਾਂ ਹੋਣੀਆਂ ਨੇ, ਇਸ ਚੀਜ਼ ਨੂੰ ਲੈ ਕੇ ਬੜੀਆਂ ਆਪਾਂ ਕਹਿ ਦਿੰਦੇ ਕਿ ਸਿਆਸੀ ਗਲਿਆਰਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਇੱਕ ਧੜਾ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਜੂਨ ਮਹੀਨਾ ਉਹ ਬੜਾ ਮਾੜਾ ਮੰਨਿਆ ਜਾਂਦਾ, ਕਿਉਂਕਿ 1 ਜੂਨ ਤੋਂ ਲੈ ਕੇ ਅਗਲੀ 4-5 ਜੂਨ ਤੱਕ ਕੁਝ ਐਸਾ ਵਾਪਰਦਾ ਜਿਹੜਾ ਪੰਜਾਬੀਆਂ ਦੇ ਦਿਲਾਂ ਵਿੱਚੋਂ ਕਦੇ ਵੀ ਨਹੀਂ ਵਿਸਰ ਸਕਦਾ। ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸੀ, ਬੜਾ ਵੱਡਾ ਦੁਖਾਂਤ ਵਾਪਰਿਆ ਸੀ, ਪਰ ਐਨ ਉਹਨਾਂ ਹੀ ਦਿਨਾਂ ਦੇ ਵਿੱਚ ਚੋਣਾਂ ਰੱਖੀਆਂ ਜਾਣੀਆਂ, ਅਤੇ ਉਹੀ ਖਾਸ ਤੌਰ 'ਤੇ 4 ਤਰੀਕ ਜਿੱਦਣ ਅਟੈਕ ਹੋਇਆ ਸੀ, 4 ਤਰੀਕ ਨੂੰ ਨਤੀਜੇ ਐਲਾਨੇ ਜਾਣੇ। ਇੱਕ ਪਾਸੇ ਸਿਆਸੀ ਪਾਰਟੀਆਂ ਖੁਸ਼ੀ ਮਨਾ ਰਹੀਆਂ ਹੋਣਗੀਆਂ, ਦੂਜੇ ਪਾਸੇ ਪੰਜਾਬ ਦਾ ਉਹ ਤਬਕਾ ਜਿਹੜਾ ਉਸ ਦੁਖਾਂਤ ਦੇ ਨਾਲ ਦੁਖੀ ਹੋਇਆ ਸੀ ਉਹ ਸੋਗ ਮਨਾ ਰਿਹਾ ਹੋਏਗਾ। ਇਸ ਚੀਜ਼ ਨੂੰ ਲੈ ਕੇ ਬੜੀਆਂ ਚੀਜ਼ਾਂ 'ਚ ਗੱਲਾਂ ਬਾਤਾਂ ਚੱਲਦੀਆਂ ਸੀ, ਪਰ ਪੰਜਾਬ ਦੇ ਜਿੰਨੇ ਵੀ ਸਿਆਸਤਦਾਨ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਕੋਲ ਸਮਾਂ ਬੜਾ ਖੁੱਲ੍ਹਾ ਹੈ। ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਇਹ ਚੀਜ਼ ਦਾ ਇਹਦੀ ਤਾਕੀਦ ਹੋ ਗਈ ਹੈ ਕਿ ਸਮਾਂ ਬੜਾ ਖੁੱਲ੍ਹਾ, 1 ਤਰੀਕ ਤੱਕ, 1 ਜੂਨ ਤੱਕ ਲਗਭਗ, ਭਾਵ ਕਿ 2-3 ਦਿਨ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਏਗਾ, ਆਹ ਸਮਾਂ ਹੈਗਾ। ਲਗਭਗ 3 ਮਹੀਨਿਆਂ ਦਾ ਸਮਾਂ ਆਪਾਂ ਮੰਨ ਸਕਦੇ ਹਾਂ, ਜਿਵੇਂ ਮਾਰਚ ਦੇ ਵਿੱਚ ਐਲਾਨ ਕੀਤਾ ਗਿਆ, ਅਪ੍ਰੈਲ, ਮਈ, ਜੂਨ ਤੱਕ ਇਹ ਚੱਲੇਗਾ, 2.5-3 ਮਹੀਨੇ ਦਾ ਸਮਾਂ ਲਗਭਗ ਹੈਗਾ ਸਿਆਸੀ ਪਾਰਟੀਆਂ ਦੇ ਕੋਲ। ਇਹ ਚੀਜ਼ ਨੂੰ ਜੇ ਆਪਾਂ ਸਿਆਸੀ ਪਾਰਟੀਆਂ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਉਹਨਾਂ ਵਾਸਤੇ ਬੜੀ ਚੰਗੀ ਗੱਲ ਹੈ, ਪਰ ਦੂਜੇ ਪਾਸੇ 13 ਲੋਕ ਸਭਾ ਸੀਟਾਂ ਨੇ ਇੰਨਾ ਲੰਮਾ ਸਮਾਂ ਪ੍ਰਚਾਰ ਕਰਨਾ, ਕਿਉਂਕਿ ਹੁਣ ਇਹ ਤਾਂ ਹੈ ਨਹੀਂ ਕਿ ਇੱਕ ਗੇੜਾ ਦੇ ਕੇ ਸਿਆਸਤਦਾਨ ਆਪਣੇ ਘਰਾਂ ਦੇ ਵਿੱਚ ਬੈਠ ਜਾਣਗੇ, ਐਸਾ ਨਹੀਂ ਹੈ। ਉਹਨਾਂ ਨੂੰ ਵਾਰ ਵਾਰ ਜਾਂਦੇ ਰਹਿਣਾ ਪਏਗਾ ਜਦੋਂ ਤੱਕ ਚੋਣ ਜਿਹੜਾ ਇੱਕ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹੁਕਮ ਨਹੀਂ ਆਉਂਦਾ ਕਿ 19 ਤਰੀਕ ਤੱਕ ਤੁਸੀਂ ਚੋਣ ਪ੍ਰਚਾਰ ਹੈ ਜਿਹੜਾ ਆਪਣਾ ਬੰਦ ਕਰ ਦੇਣਾ, ਠੀਕ ਹੈ ਜੀ। ਅਤੇ ਹੁਣ ਇੱਥੇ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ, ਕਿਉਂਕਿ ਆਮ ਆਦਮੀ ਪਾਰਟੀ ਬੀਤੇ ਦਿਨ ਇੱਕ ਸੂਚੀ ਜਾਰੀ ਕਰਦੀ ਹੈ ਜਿਹਦੇ 'ਚ 8 ਉਮੀਦਵਾਰਾਂ ਦੇ ਨਾਮ ਜਿਹੜੇ ਐਲਾਨੇ ਗਏ ਨੇ ਕਿ ਫਲਾਣੀ ਥਾਂ ਦੇ ਉੱਤੇ ਫਲਾਣਾ ਉਮੀਦਵਾਰ ਹੋਏਗਾ।
ਅਤੇ ਉਹਨਾਂ ਅੱਠਾਂ ਦੇ ਵਿੱਚੋਂ ਪੰਜ ਮੌਜੂਦਾ ਕੈਬਨਿਟ ਮੰਤਰੀ ਨੇ, ਦੋ ਉਹ ਨੇ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ, ਅਤੇ ਉਸ ਤੋਂ ਆਖਰਲਾ ਜਿਹੜਾ ਉਮੀਦਵਾਰ ਆਖਰੀ ਉਮੀਦਵਾਰ ਆ ਉਹ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਕਿਸੇ ਵੇਲੇ ਆਪਣਾ ਕਲਾਕਾਰੀ ਦਾ ਜੀਵਨ ਸ਼ੁਰੂ ਕਰਨ ਵਾਲੇ, ਕਲਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਕਰਮਜੀਤ ਅਨਮੋਲ, ਜਿਹੜੇ ਮੁੱਖ ਮੰਤਰੀ ਮਾਨ ਦੇ ਬੜੇ ਨਜ਼ਦੀਕੀ ਦੱਸੇ ਜਾਂਦੇ ਆ, ਨੇੜੇ ਦੱਸੇ ਜਾਂਦੇ ਆ। ਹਾਲਾਂਕਿ ਪਿਛਲੀ ਵਾਰ ਵੀ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਹੋਈ ਸੀ, ਪਰ ਪਿਛਲੀ ਵਾਰ ਉਹਨਾਂ ਨੂੰ ਜਦੋਂ ਫਰੀਦਕੋਟ ਤੋਂ ਲੜਾਉਣ ਦੀ ਗੱਲ ਆਖੀ ਗਈ ਤਾਂ ਫਰੀਦਕੋਟ ਤੋਂ ਦੂਸਰੇ ਪਾਸੇ ਮੁਹੰਮਦ ਸਦੀਕ ਸੀ ਟਾਕਰੇ ਦੇ ਵਿੱਚ, ਟੱਕਰ ਦੇ ਵਿੱਚ ਮੈਦਾਨ ਦੇ ਵਿੱਚ ਕਾਂਗਰਸ ਨੇ ਸਦੀਕ ਸਾਹਿਬ ਨੂੰ ਉਤਾਰਿਆ, ਤਾਂ ਕਰਮਜੀਤ ਅਨਮੋਲ ਨੇ ਇਹ ਗੱਲ ਆਖੀ ਸੀ ਕਿ ਉਹ ਸਾਡੇ ਗੁਰੂ ਨੇ, ਕਿਉਂਕਿ ਸਿਆਸਤ ਤੋਂ ਇਲਾਵਾ ਜਿਹੜਾ ਕਲਾਕਾਰੀ ਦਾ ਉਹਨਾਂ ਦਾ ਜੀਵਨ ਆ ਉਹਦੇ 'ਚ ਮੁਹੰਮਦ ਸਦੀਕ ਇੱਕ ਤਕੜਾ ਰੁਤਬਾ ਰੱਖਦੇ ਆ ਕਰਮਜੀਤ ਅਨਮੋਲ ਹੋਰਾਂ ਦੇ ਪੁਆਇੰਟ ਆਫ ਵਿਊ ਦੇ ਨਾਲ, ਤਾਂ ਕਰਕੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਉਹਨਾਂ ਦੇ ਖਿਲਾਫ਼ ਮੈਂ ਕਦੇ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਜਾਊਂਗਾ। ਅਤੇ ਹੁਣ ਆਮ ਆਦਮੀ ਪਾਰਟੀ ਦੀ ਮੁੱਖ ਤੌਰ 'ਤੇ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਨੇ ਆਲਰੇਡੀ ਚੋਣ ਪ੍ਰਚਾਰ ਆ ਜਿਹੜਾ ਉਹ ਸ਼ੁਰੂ ਕਰ ਦਿੱਤਾ। ਅਮੀਤ ਹੇਅਰ ਸਾਹਿਬ ਦੀ ਗੱਲ ਕਰ ਲਈਏ, ਚਾਹੇ ਕੁਲਦੀਪ ਧਾਲੀਵਾਲ ਸਾਹਿਬ ਦੀ ਗੱਲ ਕਰ ਲਈਏ, ਚਾਹੇ ਕਰਮਜੀਤ ਅਨਮੋਲ ਸਾਹਿਬ ਦੀ ਗੱਲ ਕਰ ਲਈਏ, ਅਤੇ ਸੁਸ਼ੀਲ ਰਿੰਕੂ ਦੀ ਗੱਲ ਕਰ ਲਈਏ, ਐਸੇ ਕਈ ਚਿਹਰੇ ਆ ਜਿਹੜੇ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਏ ਨੇ। ਅਤੇ ਆਮ ਆਦਮੀ ਪਾਰਟੀ ਦੇ ਲਈ ਇਸ ਵਾਰ ਵੱਡੀ ਇਮਤਿਹਾਨ ਦੀ ਘੜੀ ਹੈ, ਕਿਉਂਕਿ 2 ਸਾਲ ਦਾ ਜਿਹੜਾ ਕੰਮਕਾਜ ਹੈ ਉਹ ਲੈ ਕੇ ਲੋਕਾਂ ਦੇ ਸਾਹਮਣੇ ਜਾਣਾ ਪਏਗਾ, ਅਤੇ ਲੋਕਾਂ ਨੂੰ ਉਹਦੇ 'ਤੇ ਕਨਵਿੰਸ ਕਰਨਾ ਪਏਗਾ ਕਿ ਦੇਖੋ 2 ਸਾਲ ਦੇ ਵਿੱਚ ਅਸੀਂ ਆਹ ਕੰਮ ਕੀਤੇ ਨੇ ਅਤੇ ਇਸੇ ਤਰੀਕੇ ਦੇ ਨਾਲ ਅੱਗੇ ਵੀ ਕਰਾਂਗੇ, ਤਾਂ ਕਰਕੇ ਸਾਨੂੰ 13 ਦੀਆਂ 13 ਲੋਕ ਸਭਾ ਸੀਟਾਂ ਨੇ ਜਿਹੜੀਆਂ ਉਹ ਜਿਤਾਓ। ਠੀਕ ਹੈ ਜੀ, ਅਤੇ ਉਹ 2 ਸਾਲ ਦੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਮੰਤਰੀ ਕੁਲਦੀਪ ਧਾਲੀਵਾਲ ਸਾਹਿਬ ਵੀ ਆਪਣਾ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਆ, ਅਤੇ ਦੂਜੇ ਪਾਸੇ ਚਰਚਾ ਦੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਵੀ ਨੇ, ਕਿਉਂਕਿ ਉਹਨਾਂ ਨੂੰ ਸੰਗਰੂਰ ਇਲਾਕਾ ਦਿੱਤਾ ਗਿਆ, ਸੰਗਰੂਰ ਦਾ ਹਲਕਾ ਦਿੱਤਾ ਗਿਆ, ਲੋਕ ਸਭਾ ਸੀਟ ਸੰਗਰੂਰ ਉਹਨਾਂ ਦੇ ਹੱਥ ਆਈ ਹੈ, ਅਤੇ ਉੱਥੇ ਸੰਗਰੂਰ ਜਿਹੜੀ ਰਾਜਧਾਨੀ ਮੰਨੀ ਜਾ ਰਹੀ ਹੈ ਪੰਜਾਬ ਦੀ ਸਿਆਸਤ ਦੀ, ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਆਪਣੇ ਲਈ ਉਹਨੂੰ ਸਿਆਸਤ ਦੀ ਰਾਜਧਾਨੀ ਆਖਦੀ ਹੈ, ਕਿਉਂਕਿ ਮੁੱਖ ਮੰਤਰੀ ਮਾਨ ਦਾ ਆਪਣਾ ਜ਼ਿਲ੍ਹਾ ਸੰਗਰੂਰ ਹੈ, ਸੰਗਰੂਰ ਤੋਂ ਮਹਿਜ਼ ਕੁਝ ਕਿਲੋਮੀਟਰ ਦੂਰ ਉਹਨਾਂ ਦਾ ਪਿੰਡ ਹੈ ਸਤੌਚ। ਅਤੇ ਹੁਣ ਸਿਆਸੀ ਰਾਜਧਾਨੀ ਦੇ ਵਿੱਚ ਚੋਣ ਪ੍ਰਚਾਰ ਕਰਨਾ ਕਿਤੇ ਨਾ ਕਿਤੇ ਇੱਕ ਵੱਡੀ ਚੁਣੌਤੀ ਜ਼ਰੂਰ ਹੋ ਸਕਦਾ ਮੰਤਰੀ ਸਾਹਿਬ ਹੋਰਾਂ ਦੇ ਲਈ, ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਦੋਂ ਬਣੀ ਸੀ ਉਦੋਂ 2 ਮਹੀਨੇ ਬਾਅਦ ਜ਼ਿਮਨੀ ਚੋਣ ਹੁੰਦੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਐਮ ਪੀ ਸ਼ਿਪ ਆ ਜਿਹੜੀ ਉਦੋਂ ਛੱਡਣੀ ਪਈ ਸੀ, 2 ਮਹੀਨੇ ਬਾਅਦ ਚੋਣ ਹੋਈ ਸੀ, ਤਾਂ 2 ਮਹੀਨਿਆਂ ਦੇ ਬਾਅਦ ਹੀ ਸਰਕਾਰ ਨੂੰ ਜਿਹੜੀ ਹਨੇਰੀ ਚੱਲੀ ਸੀ, ਜਿਹਨੇ 92 ਬੰਦੇ ਜਿਤਾਏ ਸੀ, ਉਸੇ ਹਨੇਰੀ ਨੂੰ ਦੁਬਾਰਾ ਤੋਂ ਨਹੀਂ ਦੇਖਿਆ ਜਾ ਸਕਿਆ, ਅਤੇ ਉਸ ਵੇਲੇ ਸਿਮਰਜੀਤ ਸਿੰਘ ਮਾਨ ਜਿਹੜੇ ਮੌਜੂਦਾ ਉੱਥੋਂ ਸੰਸਦ ਨੇ ਉਹ ਜਿੱਤ ਗਏ ਸੀ, ਆਮ ਆਦਮੀ ਪਾਰਟੀ ਨੂੰ ਕੜੀ ਸਿਕਸ਼ਤ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਬੜਾ ਮਨੋਬਲ ਕਿਤੇ ਨਾ ਕਿਤੇ ਪਾਰਟੀ ਦਾ ਟੁੱਟਿਆ ਸੀ, ਪਰ ਜਦੋਂ ਬਾਅਦ ਵਿੱਚ ਰਿੰਕੂ ਸਾਹਿਬ ਵਾਲੀ ਜਲੰਧਰ ਵਾਲੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਦੀ ਆ, ਤਾਂ ਫਿਰ ਕਿਤੇ ਨਾ ਕਿਤੇ ਬੂਸਟਅਪ ਹੁੰਦਾ ਹੀ ਆ, ਵਰਕਰ ਵੀ ਹੁੰਦਾ ਅਤੇ ਨਾਲ ਦੀ ਨਾਲ ਲੀਡਰ ਵੀ ਉਹਦੇ ਨਾਲ ਬੂਸਟਅਪ ਹੁੰਦਾ। ਸੋ ਸੰਗਰੂਰ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਮੰਤਰੀ ਸਾਹਿਬ ਜਾਂਦੇ ਦਿਖਾਈ ਦੇ ਰਹੇ ਨੇ, ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਚਾਰ ਕੀਤਾ ਜਾ ਰਿਹਾ ਅਤੇ ਜ਼ਮੀਨੀ ਪੱਧਰ ਦੇ ਉੱਤੇ ਵੀ ਉਤਰ ਕੇ ਪ੍ਰਚਾਰ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਸੰਗਰੂਰ ਦੇ ਵਿੱਚੋਂ ਖਾਸ ਤੌਰ 'ਤੇ ਜਿਹੜਾ ਤਬਕਾ ਪ੍ਰਦਰਸ਼ਨ ਕਰਦਾ, ਜਿਹੜਾ ਤਬਕਾ ਧਰਨਿਆਂ ਦੇ ਉੱਤੇ ਬੈਠਾ, ਚਾਹੇ ਉਹ ਅਧਿਆਪਕ ਹੋਣ, ਚਾਹੇ ਹੋਰ ਕਿਸੇ ਵਿਭਾਗ ਦੇ ਕਰਮਚਾਰੀ ਮੁਲਾਜ਼ਮ ਹੋਣ, ਉਹਨਾਂ ਦੇ ਵੱਲੋਂ ਵੱਡੇ ਵਿਰੋਧ ਦਾ ਸਾਹਮਣਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਜਿੰਨੇ ਮਰਜ਼ੀ ਲੀਡਰ ਹੋਣ ਉਹਨਾਂ ਨੂੰ ਕਰਨਾ ਪੈ ਸਕਦਾ। ਸੰਗਰੂਰ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਹ ਗੱਲ ਆਖ ਦਿੱਤੀ ਗਈ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਸਿਆਸੀ ਲੀਡਰ ਸਾਡੇ ਪਿੰਡ ਵੋਟਾਂ ਮੰਗਣ ਦੇ ਲਈ ਨਾ ਆਵੇ, ਇਹ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ। ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਹਾਂ, ਪਰ ਉਹਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਜਿਹੜਾ ਉਹ ਚੱਲ ਹੀ ਜਾਏਗਾ। ਸੋ ਇਸ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਮੰਤਰੀ ਮੀਤੇਰ ਸਾਹਿਬ ਆਪਣਾ ਜਿਹੜਾ ਪ੍ਰਚਾਰ ਸ਼ੁਰੂ ਕਰ ਚੁੱਕੇ, ਉੱਧਰੇ ਪਾਸੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਸਾਹਿਬ ਉਹ ਆਪਣਾ ਪ੍ਰਚਾਰ ਸ਼ੁਰੂ ਕਰ ਚੁੱਕੇ ਆ। ਇਸ ਤਰੀਕੇ ਦੇ ਨਾਲ ਜਲੰਧਰ ਹਲਕੇ 'ਚ ਰਿੰਕੂ ਸਾਹਿਬ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ, ਅਤੇ ਇੱਧਰੋਂ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਵੀ ਗੁਰੂ ਘਰਾਂ ਦੇ ਵਿੱਚ ਮੱਥਾ ਟੇਕਦੇ ਦਿਖਾਈ ਦਿੱਤੇ, ਲੋਕਾਂ ਦੇ ਕੋਲ ਜਾ ਕੇ ਗੱਲਬਾਤ ਕਰਦੇ ਦਿਖਾਈ ਦਿੱਤੇ। ਸੋ ਇਸ ਵਾਰ ਆਮ ਆਦਮੀ ਪਾਰਟੀ ਦੇ ਲਈ ਜਿਹੜਾ
ਮੁੱਖ ਤੌਰ ਦੇ ਉੱਤੇ 2 ਸਾਲਾਂ ਦਾ ਕਾਰਜਕਾਲ ਆ ਉਹ ਰਹੇਗਾ ਜਿਹਨੂੰ ਲੈ ਕੇ ਜਾਣਾ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਸਨਮੁੱਖ, ਅਤੇ ਇਸੇ ਚੀਜ਼ ਨੂੰ ਮੁੱਖ ਮੰਤਰੀ ਮਾਨ ਵੀ ਕਿਤੇ ਨਾ ਕਿਤੇ ਦੁਹਰਾਉਂਦੇ ਦਿਖਾਈ ਦਿੱਤੇ ਸੀ, ਕਿਉਂਕਿ ਖਟਕੜ ਕਲਾਂ ਦੇ ਵਿੱਚ 16 ਨੂੰ ਜਦੋਂ ਜਾਂਦੇ ਨੇ ਉਹ 16 ਤਰੀਕ ਸੀ ਜਦੋਂ 2 ਸਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਉੱਥੋਂ ਸਹੁੰ ਚੁੱਕੀ ਸੀ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ, ਤਾਂ ਖਟਕੜ ਕਲਾਂ ਉਹ ਪਹੁੰਚੇ, ਉੱਥੇ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਲੋਕਾਂ ਨੂੰ, ਖਾਸ ਤੌਰ 'ਤੇ ਇੱਕ ਗੱਲ ਆਖੀ ਕਿ ਤੁਸੀਂ ਮੈਨੂੰ ਹਾਲੇ ਮੇਰੇ ਕੋਲ ਇੱਕੋ ਹੱਥ ਹੈ ਭਾਵ ਕਿ ਇੱਕੋ ਸੀਟ ਹੈ, ਅਤੇ ਕਹਿੰਦੇ 13 ਹੱਥ ਮੈਨੂੰ ਹੋਰ ਦੇ ਦਿਓ, ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੰਜਾਬ ਦਾ ਇੱਕ ਇੱਕ ਖਰਚਾ, ਇੱਕ ਇੱਕ ਕਰਜ਼ਾ, ਇੱਕ ਇੱਕ ਰੁਪਈਆ, ਇੱਕ ਇੱਕ ਹਿਸਾਬ ਕਿਤਾਬ, ਸਣੇ ਵਿਆਜ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਲੈ ਕੇ ਦਿਖਾਵਾਂਗੇ, ਜਿਹਦੇ ਉੱਤੇ ਹੁਣ ਲੋਕ ਕਿਸ ਤਰੀਕੇ ਦੀ ਪ੍ਰਤੀਕਿਰਿਆ ਦਿੰਦੇ ਆ ਇਹ ਜ਼ਰੂਰ ਨਿਧੀ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਬੇਸ਼ੱਕ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਕੰਮ ਕੀਤੇ ਆ, ਦੇਖੋ ਉਹਦੇ 'ਚ ਕੋਈ ਚੀਜ਼ ਆਪਾਂ ਦੋ ਰਾਏ ਵੀ ਨਹੀਂ ਕਹਿ ਸਕਦੇ, ਪਰ ਉਹ ਜਿਹੜੇ ਕੰਮ ਕੀਤੇ ਨੇ ਕੀ ਉਹਨਾਂ ਤੋਂ ਲੋਕ ਸੰਤੁਸ਼ਟ ਹੋਣਗੇ, ਕੀ ਉਹ 2 ਸਾਲ ਨੂੰ ਜਸਟੀਫਾਈ ਕਰ ਸਕਣਗੇ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਨੇ। ਬੇਸ਼ੱਕ ਆਪਣਾ ਰਿਪੋਰਟ ਕਾਰਡ ਲੈ ਕੇ ਉੱਥੇ ਜਾ ਰਹੇ ਆ, ਪ੍ਰਦਰਸ਼ਨ ਆਪਣਾ ਮਾਫ ਕਰਨਾ ਰੈਲੀਆਂ ਦੇ ਵਿੱਚ ਆਪਣਾ ਪ੍ਰਚਾਰ ਕਰ ਰਹੇ ਆ, ਪਰ ਸਭ ਤੋਂ ਵੱਡਾ ਚੈਲੰਜ ਸੱਤਾ ਧਿਰ ਦੇ ਲਈ ਇਹ ਰਹੇਗਾ ਕਿ ਕੀ ਆਪਣੇ 2 ਸਾਲ ਦੇ ਰਿਪੋਰਟ ਕਾਰਡ ਦੇ ਨਾਲ ਉਹ ਲੋਕਾਂ ਨੂੰ, ਵੋਟਰਾਂ ਨੂੰ ਆਪਣੇ ਵੱਲ ਨੂੰ ਅਟਰੈਕਟ ਕਰ ਸਕਦੇ ਆ, ਜਸਟੀਫਿਕੇਸ਼ਨ ਮਿਲ ਸਕਦੀ ਹੈ 2 ਸਾਲਾਂ ਦੀ ਜਾਂ ਫਿਰ ਨਹੀਂ। ਇੱਕ ਵੱਡਾ ਚੈਲੰਜ ਰਹੇਗਾ, ਓਬੀਅਸ ਜੀ ਗੱਲ ਆ, ਅਤੇ ਇਹਦੇ ਨਾਲ ਹੀ ਕਾਂਗਰਸ ਦੇ ਵੱਲੋਂ ਫਿਲਹਾਲ ਦੇ ਲਈ ਨਾ ਤਾਂ ਕੋਈ ਸੂਚੀ ਜਾਰੀ ਕੀਤੀ ਗਈ ਹੈ, ਨਾ ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਉਧਰਲੇ ਪਾਸੋਂ ਦਿਖ ਰਹੀ ਹੈ। ਸਰਗਰਮੀਆਂ ਫਿਲਹਾਲ ਦੇ ਲਈ ਬੜੀਆਂ ਘੱਟ ਨੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਉਹ ਵੀ ਬੜੀ ਤੇਜ਼ੀ ਦੇ ਨਾਲ ਦਿਖ ਜਾਣੀਆਂ ਨੇ। ਇਸ ਤਰੀਕੇ ਦੇ ਨਾਲ ਅਕਾਲੀ ਦਲ ਵੀ ਆਪਣਾ ਪ੍ਰਦਰਸ਼ਨ ਆਪਣੀਆਂ ਰੈਲੀਆਂ ਕਰ ਰਿਹਾ, ਅਤੇ ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੀ ਹਲੇ ਠੰਡੇ ਬਸਤੇ ਦੇ ਵਿੱਚ ਬੈਠੀ ਹੈ, ਉਹਨੇ ਵੀ ਹਲੇ ਸਿਆਸੀ ਹਵਾ ਦੇਖਣੀ ਹੈ। ਸਾਰਿਆਂ ਦੀਆਂ ਨਿਗਾਹਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀਆਂ ਰਹਿੰਦੀ ਜਿਹੜੀ ਸੂਚੀ ਆ ਪੰਜ ਉਮੀਦਵਾਰਾਂ ਦੀ, ਉਹ ਸੂਚੀ ਦੇ ਉੱਤੇ ਟਿੱਕੀਆਂ ਹੋਈਆਂ ਨੇ। ਜਿਸ ਤਰੀਕੇ ਦੀ ਸੂਚੀ ਆਏਗੀ ਉਸ ਤਰੀਕੇ ਦੇ ਆਪਣੇ ਉਮੀਦਵਾਰ ਉਤਾਰ ਕੇ ਅਗਲਾ ਜਿਹੜਾ ਮੈਦਾਨ ਦੇ ਵਿੱਚ ਅਗਲਾ ਮੈਚ ਜਿਹੜਾ ਖੇਡਣਾ ਸਿਆਸੀ ਪਾਰਟੀਆਂ ਨੇ ਉਹਦੇ ਉੱਤੇ ਸਾਰੇ ਫੇਰ ਧਿਆਨ ਆ ਜਿਹੜਾ ਉਹ ਕੇਂਦਰਿਤ ਕਰਨਗੇ। ਜੀ ਨਿਧੀ, ਇਹਨਾਂ ਰੇਸ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਰੈਲੀਆਂ ਦਾ ਦੌਰ ਸ਼ੁਰੂ ਕਰਤਾ, ਅਤੇ ਹੁਣ ਜਦੋਂ ਅਸੀਂ ਗੱਲ ਕਰਦੇ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਜਿਹੜੀ ਕਹੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ, ਹੈ ਨਾ, ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ, ਵੱਡਾ ਵੱਡਾ ਇਕੱਠ ਹੋ ਰਿਹਾ, ਇਸ ਦੀ ਸਥਿਤੀ ਦੇ ਬਾਰੇ ਕੁਛ ਰੋਸ਼ਨੀ ਪਾਓ। ਜੀ, ਸਭ ਤੋਂ ਪਹਿਲਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ, ਪਰ ਇਸ ਖੇਤਰੀ ਪਾਰਟੀ ਨੂੰ ਕਿਤੇ ਨਾ ਕਿਤੇ 10-15 ਸਾਲ ਜਦੋਂ ਇਹਨਾਂ ਨੇ ਰਾਜ ਕੀਤਾ ਲਗਾਤਾਰ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਵੀ ਮਾਤ ਖਾਣੀ ਪਈ ਸੀ, ਕਿਉਂਕਿ ਲੋਕ ਕਿਤੇ ਨਾ ਕਿਤੇ ਉਹਨਾਂ ਸਾਰੀਆਂ ਚੀਜ਼ਾਂ ਤੋਂ ਅਸੰਤੁਸ਼ਟ ਦਿਖਾਈ ਦਿੱਤੇ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ। ਹਾਲਾਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਡਿਵੈਲਪਮੈਂਟ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਲੈ ਕੇ ਆਉਣ ਦੇ ਵਿੱਚ ਅਕਾਲੀ ਦਲ ਦਾ ਵੱਡਾ ਹੱਥ ਮੰਨਿਆ ਜਾਂਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇਹ ਚੀਜ਼ ਬਿਲਕੁਲ ਸੱਚ ਹੈ ਕਿ ਸਿੱਖਿਆ ਦੇ ਖੇਤਰ ਨੂੰ ਇਹਨਾਂ ਨੇ ਉਭਾਰਿਆ, ਇਹਨਾਂ ਨੇ ਸੜਕਾਂ ਦੀ ਜਿਹੜੀ ਸਥਿਤੀ ਆ ਉਹ ਠੀਕ ਕੀਤੀ, ਮੰਡੀਕਰਨ ਵਾਲਾ ਜਿਹੜਾ ਸਿਸਟਮ ਆ ਉਹ ਇਹਨਾਂ ਨੇ ਲਿਆਂਦਾ, ਕਿਸਾਨਾਂ ਨੂੰ ਇਹਨਾਂ ਨੇ ਫ੍ਰੀ ਬਿਜਲੀ ਦੇਣ ਦਾ ਉਦੋਂ ਜਿਹੜਾ ਗੱਲ ਆਖੀ ਸੀ ਉਦੋਂ ਐਲਾਨ ਕੀਤਾ, ਅਤੇ ਬਾਅਦ ਵਿੱਚ ਉਹ ਸੇਵਾ ਵੀ ਕਿਸਾਨਾਂ ਨੂੰ ਦਿੱਤੀ, ਇਸ ਦੇ ਨਾਲ ਹੀ ਖੇਤੀ ਨੂੰ ਪ੍ਰਫੁੱਲਿਤ ਕੀਤਾ, ਇਸ ਤਰੀਕੇ ਦੇ ਨਾਲ ਹੀ ਪੰਥ ਨੂੰ ਵੀ ਪ੍ਰਫੁੱਲਿਤ ਕੀਤਾ। ਸੋ ਇਸ ਇੱਦਾਂ ਦੇ ਕਈ ਕਈ ਜ਼ਿਆਦਾ ਕੰਮ ਹੈਗੇ ਆ ਡਿਵੈਲਪਮੈਂਟ ਦੇ ਜਿਹੜੇ ਅਕਾਲੀ ਦਲ ਨੇ ਕੀਤੇ ਸੀ, ਪਰ ਬਾਅਦ ਦੇ ਵਿੱਚ ਆ ਕੇ ਜਦੋਂ ਅਕਾਲੀ ਦਲ ਦੀ ਕਮਾਂਡ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥ ਜਾਂਦੀ ਹੈ, ਉਸ ਵੇਲੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਡਰੋਬੈਕ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ, ਫਿਰ ਕਾਂਗਰਸ ਦੀ ਸਰਕਾਰ ਦੇ ਵਿੱਚ ਹੀ ਅੱਧ ਵਿਚਾਲੇ ਮੁੱਖ ਮੰਤਰੀ ਨੂੰ ਹਟਾ ਕੇ ਚਰਜੀਤ ਸਿੰਘ ਚੰਨੀ ਸਾਹਿਬ ਨੇ 117 ਦਿਨਾਂ ਦਾ 111 ਖਾਨੀ 17 ਦਿਨਾਂ ਦਾ ਮੁੱਖ ਮੰਤਰੀ ਆ ਉਹ ਬਣਾ ਦਿੱਤਾ ਜਾਂਦਾ, ਪਰ ਗੱਲ ਆਪਾਂ ਅਕਾਲੀ ਦਲ ਦੀ ਕਰ ਰਹੇ ਹਾਂ, ਤਾਂ ਅਕਾਲੀ ਦਲ ਉਦੋਂ ਤੋਂ ਲੈ ਕੇ ਇਹ 14-15 ਦੇ ਵਿੱਚ ਇਹਨਾਂ ਦੇ ਕੋਲੋਂ ਆਪਣੇ ਜਿਹੜੇ ਅਹੁਦੇ ਨੇ ਉਹ ਛੁੱਟੇ ਸੀ, ਬਾਅਦ ਦੇ ਵਿੱਚ ਇਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ। ਫਿਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਸੇ ਦਰਮਿਆਨ ਕਿਸਾਨ ਅੰਦੋਲਨ ਸ਼ੁਰੂ ਹੋ ਜਾਂਦਾ, ਕਿਸਾਨ ਅੰਦੋਲਨ ਐਸਾ ਸ਼ੁਰੂ ਹੋਇਆ ਜਿਹਨੇ ਅਕਾਲੀ ਦਲ ਨੂੰ ਜ਼ੀਰੋ ਕਰ ਦਿੱਤਾ ਸੀ, ਹਾਸ਼ੀਏ 'ਤੇ ਲਿਆ ਕੇ ਰੱਖ ਦਿੱਤਾ ਸੀ, ਕਿਉਂਕਿ
ਭਾਰਤੀ ਜਨਤਾ ਪਾਰਟੀ ਦਾ ਅਲਾਇੰਸ ਹੁੰਦਾ ਸੀ ਪੰਜਾਬ ਦੇ ਵਿੱਚ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਘਿਓ ਖਿਚੜੀ ਸੀ ਇਹ ਲੀਡਰ, ਪਰ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਤਿੰਨ ਐਸੇ ਕਾਨੂੰਨ ਆਉਂਦੇ ਨੇ ਜਿਹੜੇ ਕਿਸਾਨ ਆਖਦੇ ਆ ਕਿ ਸਾਡੇ ਲਈ ਮਾਰੂ ਸਾਬਿਤ ਹੋਣਗੇ। ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਵੱਡਾ ਇਕੱਠ ਕੀਤਾ ਜਾਂਦਾ। ਉਹ ਇਕੱਠ ਜਿਹੜਾ ਮਹਿਜ਼ ਕੁਝ ਦਿਨਾਂ ਵਾਸਤੇ ਸੀ, ਉਹ ਫਿਰ ਕਈ ਸਾਲਾਂ ਤੱਕ ਚੱਲਦਾ, ਲਗਭਗ ਡੇਢ ਸਾਲ ਦਾ ਵਕਫਾ ਜਿਹੜਾ ਉਹ ਕਿਸਾਨ ਉੱਥੇ ਬੈਠੇ ਰਹਿੰਦੇ ਹੈ। ਉਹ ਹੌਲੀ ਹੌਲੀ ਇਤਿਹਾਸ ਦਾ ਸਭ ਤੋਂ ਵੱਡਾ ਕਿਸਾਨੀ ਮੋਰਚਾ ਹੋ ਨਿਬੜਿਆ। ਉਸ ਚੀਜ਼ ਨੇ ਅਕਾਲੀ ਦਲ ਨੂੰ ਬੜਾ ਡਰੋਬੈਕ 'ਤੇ ਲਿਆਂਦਾ, ਕਿਉਂਕਿ ਉਸ ਵੇਲੇ ਖਬਰਾਂ ਵੀ ਨਸ਼ਰ ਹੋਈਆਂ, ਜਾਣਕਾਰੀਆਂ ਨਿਕਲ ਕੇ ਆਈਆਂ। ਜਦੋਂ ਅੰਦੋਲਨ ਸ਼ੁਰੂ ਹੁੰਦਾ, ਅੱਗ ਵੱਧਦੀ ਆ, ਤਾਂ ਫਿਰ ਅਕਾਲੀ ਦਲ ਆਪਣੀ ਗੱਠਜੋੜ ਹੈ ਜਿਹੜਾ ਉਹ ਤੋੜ ਦਿੰਦਾ, ਆਪਣੀ ਭਾਈਵਾਲਤਾ ਜਿਹੜੀ ਉਹਦੇ ਨਾਲ ਉਹ ਤੋੜ ਦਿੰਦਾ ਭਾਰਤੀ ਜਨਤਾ ਪਾਰਟੀ ਨਾਲ, ਇਹ ਕਹਿੰਦੇ ਹੋਏ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ, ਇਹ ਬਿੱਲ ਗਲਤ ਨੇ, ਇਹ ਲਾਗੂ ਨਹੀਂ ਹੋਣੇ ਚਾਹੀਦੇ, ਕੇਂਦਰ ਨੇ ਗਲਤੀ ਕੀਤੀ ਹੈ। ਪਰ ਐਨ ਮੌਕੇ ਦੇ ਉੱਤੇ ਉਹ ਤਸਵੀਰਾਂ ਵੀ ਇੱਥੇ, ਬੇਸ਼ੱਕ ਆਪਣੀ ਸਿਆਸੀ ਜ਼ਮੀਨ ਨੂੰ ਦੁਬਾਰਾ ਤੋਂ ਸੁਰਜੀਤ ਕਰ ਸਕਦਾ ਸੀ ਅਕਾਲੀ ਦਲ, ਪਰ ਉਸ ਵੇਲੇ ਬਿਆਨ ਸਾਹਮਣੇ ਆ ਜਾਂਦੇ ਨੇ, ਪੁਰਾਣੇ ਬਿਆਨ ਜਿਹੜੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੇ ਸੀ ਅਤੇ ਵੱਡੇ ਬਾਦਲ ਸਾਹਿਬ ਹੋਰਾਂ ਦੇ ਵੱਲੋਂ ਦਿੱਤੇ ਗਏ ਸੀ, ਭਾਵ ਕਿ ਸਮਰਥਨ ਦੇ ਵਿੱਚ ਉਹ ਜਿਹੜੇ ਬਿਆਨ ਸੀ, ਜਿਨ੍ਹਾਂ ਬਿਆਨਾਂ ਨੂੰ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਆਪ ਹੀ ਝੁਠਲਾਉਣ ਲੱਗ ਗਿਆ, ਕਿਉਂਕਿ ਪਹਿਲਾਂ ਬੀਬਾ ਬਾਦਲ ਨੇ ਵੀ ਕਿਹਾ ਸੀ ਕਿ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਇਹ ਸਹੀ ਨੇ, ਠੀਕ ਨੇ, ਇਹ ਕਿਸਾਨਾਂ ਦੀ ਭਲਾਈ ਲਈ ਨੇ, ਅਤੇ ਵੱਡੇ ਬਾਦਲ ਸਾਹਿਬ ਵੀ ਕਿਤੇ ਨਾ ਕਿਤੇ ਗੱਲਾਂ ਵਿੱਚ ਉਹ ਚੀਜ਼ ਕਹਿੰਦੇ ਹੁੰਦੇ ਸੀ। ਪਰ ਬਾਅਦ ਦੇ ਵਿੱਚ ਇਸੇ ਚੀਜ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਪੰਜਾਬ ਦੀ ਸਿਆਸੀ ਜ਼ਮੀਨ ਐਸੀ ਖੁਸ਼ੀ ਕਿ ਅੱਜ ਵੀ ਉਹ ਦੁਬਾਰਾ ਮੁੜ ਤੋਂ ਜ਼ਮੀਨ ਨੂੰ ਪਾਉਣ ਦੇ ਲਈ ਅਕਾਲੀ ਦਲ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਆ। ਅਕਾਲੀ ਦਲ ਬੜਾ ਸੁਹਿਰਦ ਆਪਾਂ ਖਾਸ ਤੌਰ 'ਤੇ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਸ਼ੁਰੂ ਕਰਦੇ ਆ ਵੱਖੋ ਵੱਖਰੇ ਹਲਕਿਆਂ ਦੇ ਵਿੱਚ। ਸੁਖਬੀਰ ਸਿੰਘ ਬਾਦਲ ਆਪਣੀ ਰੂਬੀਕੋਨ ਗੱਡੀ ਦੀ ਛੱਤ ਦੇ ਉੱਤੇ ਚੜ੍ਹ ਕੇ ਆਪਣੇ ਵਰਕਰਾਂ ਦਾ ਵੱਡਾ ਕਾਫਲਾ ਲੈ ਕੇ ਬਾਰਡਰ ਏਰੀਆ ਦੇ ਜਿੰਨੇ ਵੀ ਪਿੰਡ ਨੇ, ਸਾਰਾ ਮਾਝੇ ਵਾਲਾ ਏਰੀਆ ਉਹਨੂੰ ਕਵਰ ਕਰਦੇ ਕਰਦੇ ਹੁਣ ਪੰਜਾਬ ਵਿੱਚ ਦੀ, ਪੂਰੇ ਪੰਜਾਬ ਵਿੱਚ ਦੀ ਲੰਘਣਗੇ, ਹਾਲਾਂਕਿ ਮਾਝੇ ਵਾਲੇ ਪਾਸੇ ਨੇ ਫਿਲਹਾਲ ਦੇ ਲਈ ਉਹ ਦਿਖ ਰਹੇ ਨੇ। ਅਤੇ ਉਦੋਂ ਉਹ ਲੋਕਾਂ ਨੂੰ ਇਕੱਠੇ ਕਰ ਰਹੇ ਸੀ, ਸ਼੍ਰੋਮਣੀ ਅਕਾਲੀ ਦਲ ਨੂੰ ਮੋਢੀ ਬਣਾ ਕੇ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਸੀ ਕਿ ਆਪਾਂ ਨੇ ਆਮ ਆਦਮੀ ਪਾਰਟੀ ਜਾਂ ਬਾਕੀ ਕੇਂਦਰੀ ਪਾਰਟੀਆਂ ਦੇ ਕੋਲੋਂ ਆਪਾਂ ਨੇ ਪੰਜਾਬ ਨੂੰ ਬਚਾਉਣਾ, ਇਹਦੇ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਆਪਾਂ ਕਹਿ ਸਕਦੇ ਕਿ ਇਕਜੁੱਟ ਕਰਨਾ ਪਏਗਾ, ਮੁੜ ਤੋਂ ਤਕੜੀ ਕਰਨਾ ਪਏਗਾ, ਇਹੀ ਇਹਨਾਂ ਦਾ ਨਾਰਾ ਹੁੰਦਾ ਅਕਸਰ ਹੀ ਆਪਾਂ ਵੇਖਦੇ ਹਾਂ। ਅਤੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਯਾਤਰਾ ਬੜੇ ਸੁਹਿਰਦ ਢੰਗ ਦੇ ਨਾਲ ਸ਼ੁਰੂ ਕੀਤੀ, ਪਰ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਫਰਵਰੀ ਮਹੀਨੇ ਦੇ ਵਿੱਚ ਕਿਸਾਨੀ ਮੋਰਚਾ ਸ਼ੁਰੂ ਹੋ ਜਾਂਦਾ ਸ਼ੰਭੂ ਖਨੌਰੀ ਅਤੇ ਡੱਬਵਾਲੀ ਬਾਰਡਰ ਦੇ ਉੱਤੇ। ਉਸ ਵੇਲੇ ਫਿਰ ਇਹ ਮੋਰਚਾ ਦੁਬਾਰੇ ਫਿਰ ਕੇਂਦਰ ਦੇ ਖਿਲਾਫ ਹੁੰਦਾ। ਉਸ ਵੇਲੇ ਤੱਕ ਕੰਸੂਆਂ ਚੱਲ ਪਈਆਂ ਸੀ ਕਿ ਅਕਾਲੀ ਦਲ ਮੁੜ ਤੋਂ ਭਾਜਪਾ ਦੇ ਨਾਲ ਗੱਠਜੋੜ ਕਰ ਰਹੇ ਆ, ਉੱਥੇ ਆ ਕੇ ਫਿਰ ਇੱਕ ਡਰੋਬੈਕ ਜਿਹੜਾ ਅਕਾਲੀ ਦਲ ਦੇ ਲਈ ਸਾਬਿਤ ਹੋ ਜਾਂਦਾ। ਇਸ ਦੇ ਵਿੱਚ ਹੀ ਮੁੱਖ ਮੰਤਰੀ ਮਾਨ ਦੇ ਕਈ ਬਿਆਨ ਆਏ ਸੀ, ਜਿਨ੍ਹਾਂ ਦੇ ਵਿੱਚ ਸੁੱਖ ਵਿਲਾਸ ਦੀ ਗੱਲ ਸੀ, ਜਿਹਦੇ 'ਚ ਅਰਬੀ ਘੋੜਿਆਂ ਦੀ ਗੱਲ ਸੀ ਜਾਂ ਹੋਰ ਤਮਾਮ ਗੱਲਾਂ ਸੀ, ਮਜੀਠੀਆ ਸਾਹਿਬ ਦੇ NDPS ਵਾਲੇ ਕੇਸ ਦੀ ਗੱਲ ਸੀ, ਉਹਨਾਂ ਨੂੰ ਵਾਰ ਵਾਰ SIT ਦੇ ਵੱਲੋਂ ਬੁਲਾਇਆ ਜਾਂਦਾ ਸੀ, ਇਹਨਾਂ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰ ਧੱਕਾ ਦਿੱਤਾ। ਬੇਸ਼ੱਕ ਅਕਾਲੀ ਦਲ ਆਪਣੇ ਮੂੰਹੋਂ ਇਹ ਗੱਲ ਨਹੀਂ ਆਖ ਰਿਹਾ, ਨਹੀਂ ਕਬੂਲ ਰਿਹਾ, ਪਰ ਧੱਕਾ ਉਹਨਾਂ ਨੂੰ ਜ਼ਰੂਰ ਮਿਲਿਆ। ਉਦੋਂ ਫਿਰ ਕਿਸਾਨੀ ਮੋਰਚਾ ਚੱਲਦਾ ਤਾਂ ਅਕਾਲੀ ਦਲ ਆਪਣੀ ਯਾਤਰਾ ਨੂੰ ਪੋਸਟਪੋਨ ਕਰ ਦਿੰਦਾ, ਪਰ ਐਨ ਮੌਕੇ ਦੇ ਉੱਤੇ ਜਿਹੜੀ ਗੱਠਜੋੜ ਦੀ ਗੱਲ ਚੱਲ ਰਹੀ ਸੀ ਉਹ ਦੁਬਾਰਾ ਫਿਰ ਤੋਂ ਅਕਾਲੀ ਦਲ ਦੇ ਲਈ ਆਪਾਂ ਗਲੇ ਦਾ ਫੰਦਾ ਸਾਬਿਤ ਹੋ ਜਾਂਦੀ ਹੈ, ਕਿਉਂਕਿ ਕੇਂਦਰ ਦੇ ਖਿਲਾਫ ਭਾਜਪਾ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਲਗਾਇਆ, ਪਰ ਭਾਜਪਾ ਦੇ ਨਾਲ ਹੀ ਅਕਾਲੀ ਦਲ ਮੁੜ ਤੋਂ ਗੱਠਜੋੜ ਕਰਨ ਲੱਗਿਆ, ਅਤੇ ਵਿਰੋਧੀ ਪਾਰਟੀਆਂ ਕਹਿਣ ਲੱਗੀਆਂ ਕਿ ਦੇਖੋ ਜੀ ਇਹ ਤਾਂ ਇਹਨਾਂ ਨੇ ਤਾਂ ਦਿਖਾਉਣ ਨੂੰ ਗੱਠਜੋੜ ਤੋੜਿਆ ਸੀ, ਪਰ ਅੰਦਰ ਖਾਤੇ ਸਾਰੇ ਇੱਕ ਦੂਜੇ ਦੇ ਨਾਲ ਮਿਲੇ ਹੋਏ ਨੇ, ਇੱਕੋ ਥਾਲੀ ਦੇ ਚਿੱਟੇ ਵੱਟੇ ਨੇ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ।
ਤਾਂ ਫਿਰ ਉਸ ਵੇਲੇ ਸਥਗਿਤ ਕਰ ਲੈਂਦੇ ਆ, ਪੋਸਟਪੋਨ ਕਰ ਲੈਂਦਾ ਸ਼੍ਰੋਮਣੀ ਅਕਾਲੀ ਦਲ ਆਪਣੀ ਇਸ ਯਾਤਰਾ ਨੂੰ। ਪੋਸਟਪੋਨ ਕਰਨ ਤੋਂ ਬਾਅਦ ਬੀਤੇ ਕੁਛ ਦਿਨ ਪਹਿਲਾਂ ਦੁਬਾਰਾ ਮੁੜ ਤੋਂ ਅਕਾਲੀ ਦਲ ਨੇ ਉਹ ਯਾਤਰਾ ਸ਼ੁਰੂ ਕੀਤੀ ਹੈ। ਹਾਲਾਂਕਿ ਹੁਣ ਭਰਮਾ ਹੁੰਗਾਰਾ ਮਿਲਦਾ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ, ਪਰ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ ਕੁਨਬੇ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਪਣੇ ਜਿਹੜੇ ਵੀ ਰੁੱਸੇ ਹੋਏ ਸੀ, ਜਿੰਨੇ ਵੀ ਸਿਆਸੀ ਲੀਡਰ ਇਹਨਾਂ ਨਾਲ ਰੁੱਸ ਗਏ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਸ਼ਾਖਾਵਾਂ ਬਣ ਗਈਆਂ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋ ਜਾਂਦਾ, ਉਹ 'ਚ ਇਕੱਲਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਜਾਂਦਾ, ਅਤੇ ਬੀਬੀ ਜਗੀਰ ਕੌਰ ਜੀ ਉਹ ਵੀ ਵੱਖਰੇ ਹੋ ਜਾਂਦੇ ਨੇ, ਅਤੇ ਉਸ ਵੇਲੇ ਬੜਾ ਰੌਲਾ ਪੈਂਦਾ। ਲਿਫਾਫਾ ਕਲਚਰ ਦੀ ਗੱਲ ਚੱਲਦੀ ਹੈ, ਅਕਾਲੀ ਦਲ ਦੇ ਖਿਲਾਫ ਬੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ। ਢੀਂਡਸਾ ਪਰਿਵਾਰ ਆ ਜਿਹੜਾ ਉਹ ਵੱਖਰਾ ਹੋ ਜਾਂਦਾ। ਸਿਮਰਜੀਤ ਮਾਨ ਸਾਹਿਬ ਤਾਂ ਪਹਿਲਾਂ ਤੋਂ ਹੀ ਵੱਖਰੇ ਨੇ, ਉਹਨਾਂ ਦੀ ਪਾਰਟੀ ਤਾਂ ਉਹਨਾਂ ਦੇ ਨਾਲ ਸਿਵਿਆਂ ਤੱਕ ਹੀ ਜਾਊਗੀ, ਉਹਨਾਂ ਨੇ ਤਾਂ ਇਹ ਗੱਲ ਆਖ ਦਿੱਤੀ ਹੈ ਅਤੇ ਉਹਨਾਂ ਦੇ ਕੰਮ ਵੀ ਐਸੇ ਹੀ ਨੇ। ਅਤੇ ਫਿਰ ਤੋਂ ਢੀਂਡਸਾ ਪਰਿਵਾਰ ਸਭ ਤੋਂ ਪਹਿਲਾਂ ਤਾਂ ਦਿੱਲੀ ਪਹੁੰਚਦੇ ਆ, ਦਿੱਲੀ ਪਹੁੰਚ ਕੇ ਇੱਕ ਵੱਡੇ ਚਿਹਰੇ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ, ਮੁੜ ਤੋਂ ਘਰ ਵਾਪਸੀ ਕਰਵਾਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਢੀਂਡਸਾ ਪਰਿਵਾਰ ਨੂੰ ਮੁੜ ਤੋਂ ਘਰ ਵਾਪਸੀ ਕਰਵਾਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਵਿੱਚ ਬੀਬੀ ਜਗੀਰ ਕੌਰ ਕੋਲ ਪਹੁੰਚਦੇ ਆ। ਬੀਤੇ ਕੁਛ ਦਿਨ ਪਹਿਲਾਂ ਸੁਖਬੀਰ ਬਾਦਲ ਆਪਣੇ ਪੂਰੇ ਕੈਡਰ ਨੂੰ ਲੈ ਕੇ, ਪੂਰੇ ਲਾਮ ਲਸ਼ਕਰ ਨੂੰ ਲੈ ਕੇ, ਤਾਂ ਉਹਨਾਂ ਦੀ ਵੀ ਘਰ ਵਾਪਸੀ ਕਰਵਾ ਲਈ ਜਾਂਦੀ ਹੈ। ਸੋ ਅਕਾਲੀ ਦਲ ਇੱਕ ਪਾਸੇ ਇਕਜੁੱਟ ਜ਼ਰੂਰ ਹੋ ਰਿਹਾ, ਦੂਜੇ ਪਾਸੇ ਪੰਜਾਬ 'ਚ ਉਹ ਯਾਤਰਾ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ, ਜਿਹੜੀ ਅੱਜ ਵੀ ਚੱਲ ਰਹੀ ਹੈ ਅਤੇ ਲੰਬੇ ਸਮੇਂ ਤੱਕ ਚੱਲਦੀ ਰਹਿਣੀ ਹੈ। ਪਰ ਇਹਦੇ ਨਾਲ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਵਾਲਾ ਕੰਮ ਚੱਲ ਰਿਹਾ ਸੀ, ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਛਿੱਕੇ ਟੰਗਦਾ ਦਿਖਾਈ ਦੇ ਰਿਹਾ, ਅਤੇ ਅਕਾਲੀ ਦਲ ਖੁਦ ਵੀ ਦੁਚਿੱਤੀ ਦੇ ਵਿੱਚ ਫਸਿਆ ਹੋਇਆ ਕਿ ਸਾਨੂੰ ਇਸ ਗੱਠਜੋੜ ਦੇ ਨਾਲ ਤੁਰ ਕੇ ਅੱਗੇ ਜਾਣਾ ਚਾਹੀਦਾ ਜਾਂ ਫਿਰ ਸਾਨੂੰ ਇਕੱਲਿਆਂ ਲੜਨਾ ਚਾਹੀਦਾ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਵੀ ਇਕੱਲੀਆਂ ਲੜ ਰਹੀਆਂ। ਜਿਵੇਂ ਪਹਿਲਾਂ ਇੰਡੀਆ ਅਲਾਇੰਸ ਦੀ ਗੱਲ ਚੱਲਦੀ ਸੀ ਨਾ ਕਿ ਪੰਜਾਬ ਦੇ ਵਿੱਚ ਇੰਡੀਆ ਅਲਾਇੰਸ ਹੋ ਸਕਦਾ ਇੱਕ ਦੂਜੇ ਦੇ ਨਾਲ ਭਾਈਵਾਲੀ ਹੋ ਜੂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ, ਪਰ ਐਸਾ ਕੁਝ ਪੰਜਾਬ ਦੇ ਵਿੱਚ ਨਹੀਂ ਹੋਇਆ। ਪਰ ਅਕਾਲੀ ਦਲ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਜਿਹੜੀ ਗੱਠਜੋੜ ਵਾਲੀ ਗੱਲ ਚੱਲ ਰਹੀ ਹੈ ਉਹਦੇ ਕਰਕੇ ਜ਼ਰੂਰ ਪਿੱਛੇ ਨੂੰ ਪੈਰ ਖਿਚਿਆ ਸਕਦਾ, ਪਰ ਇਸ ਤੋਂ ਇਲਾਵਾ ਜਿਹੜੀ ਪੰਜਾਬ 'ਚ ਉਹ ਯਾਤਰਾ ਸ਼ੁਰੂ ਕੀਤੀ ਹੈ ਅਤੇ ਦੂਜੀ ਜਿਹੜੀ ਘਰ ਵਾਪਸੀ ਕਰਵਾਉਣ ਲੱਗੇ ਆਪਣੇ ਪੁਰਾਣੇ ਚਹੇਤਿਆਂ ਦੀ, ਪੁਰਾਣੇ ਆਪਣੇ ਸਾਥੀਆਂ ਦੀ, ਉਹ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਚੰਗੀ ਗੱਲ ਸਾਬਿਤ ਹੋਏਗੀ। ਪਰ ਐਨ ਮੌਕੇ ਦੇ ਉੱਤੇ ਜਿਹੜੀ ਅਲਾਇੰਸ ਵਾਲੀ ਜਾਣਕਾਰੀ ਆ ਰਹੀ ਹੈ, ਅਲਾਇੰਸ ਵਾਲੀ ਖਬਰਾਂ ਚੱਲ ਰਹੀਆਂ, ਅਲਾਇੰਸ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਅੱਜ ਦੀ ਘੜੀ ਜੇਕਰ ਆਪਾਂ ਸਥਿਤੀ ਨੂੰ ਦੇਖੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਚੰਗਾ ਨਹੀਂ ਹੋਏਗਾ। ਜੀ ਨਿਧੀ, ਮਤਲਬ ਕਾਫੀ ਇਹ ਫੇਰ ਬਦਲ ਜਾਣਾ ਫਿਰ ਆਣਾ ਲੱਗਦਾ ਨਹੀਂ ਸਿਆਸੀ ਪਾਰਟੀਆਂ ਤੇ, ਤਾਂ ਹੀ ਲੋਕਾਂ ਦਾ ਇੱਕ ਵਿਸ਼ਵਾਸ ਵੀ ਉੱਠਦਾ ਜਾ ਰਿਹਾ। ਬਿਲਕੁਲ ਨਿਧੀ, ਉਹ ਤੇ ਦੇਖੋ ਦਲ ਬਦਲੀਆਂ ਹੁੰਦੀਆਂ ਜਿਹੜੀਆਂ ਉਹ ਤੇ ਸ਼ੁਰੂ ਤੋਂ ਚੱਲਦੀਆਂ, ਜਿੱਦਣ ਦੀ ਸਿਆਸਤ ਚੱਲੀ ਹੈ ਨਾ, ਜਦੋਂ ਦਾ ਮਨੁੱਖ ਸੱਭਿਅਕ ਹੋਇਆ, ਜਦੋਂ ਦੀਆਂ ਇੱਕ ਇਹ ਜ਼ਰੂਰੀ ਨੇ ਕਿ ਸਿਆਸੀ ਪਾਰਟੀਆਂ ਹੀ ਇਹ ਦਲ ਬਦਲੀ ਕਰਦੀਆਂ, ਉਂਝ ਵੀ ਜੇ ਕਿਤੇ ਵੀ ਸਿਆਸਤ ਚੱਲਦੀ ਆ ਉੱਥੇ ਵੀ ਦਲ ਬਦਲੀ ਹੋ ਜਾਂਦੀ ਹੁੰਦੀ ਆ। ਦੋ ਗਵਾਂਢੀ ਲੜਦੇ ਹੋਣ, ਇੱਕ ਜਣਾ ਅੱਜ ਮੇਰੇ ਨਾਲ ਖੜਾ ਤੇ ਉਹ ਕੱਲ ਨੂੰ ਮੇਰੇ ਨਾਲ, ਮੇਰਾ ਸਾਥ ਛੱਡ ਕੇ ਬਗਾਨੇ ਦੂਸਰੇ ਦੇ ਨਾਲ, ਮੇਰੇ ਦੁਸ਼ਮਣ ਗਵਾਂਢੀ ਦੇ ਨਾਲ ਜਾ ਕੇ ਖੜ ਜਾਏਗਾ। ਸੋ ਇਹ ਤਰੀਕੇ ਦੀਆਂ ਦਲ ਬਦਲੀਆਂ ਚੱਲਦੀਆਂ ਰਹਿੰਦੀਆਂ ਨੇ। ਸ਼੍ਰੋਮਣੀ ਅਕਾਲੀ ਆਮ ਆਦਮੀ ਪਾਰਟੀ ਜਿਹੜੀ ਕਿਸੇ ਵੇਲੇ ਕਹਿੰਦੀ ਹੁੰਦੀ ਸੀ ਕਿ ਅਸੀਂ ਕਾਂਗਰਸ ਦਾ ਕਚਰਾ ਨਹੀਂ ਲਵਾਂਗੇ, ਕਾਂਗਰਸ ਦਾ ਗੰਦਬੰਦ ਕਦੇ ਵੀ ਨਹੀਂ ਲਵਾਂਗੇ, ਪਰ ਉਹਨਾਂ ਨੇ ਪਹਿਲਾਂ ਸੁਸ਼ੀਲ ਰਿੰਕੂ ਨੂੰ ਲਿਆ ਅਤੇ ਉੱਥੋਂ ਉਹਨਾਂ ਨੇ ਜਲੰਧਰ ਦੀ ਜ਼ਿਮਨੀ ਚੋਣ ਜਿੱਤੀ ਹੈ। ਉਸ ਤੋਂ ਬਾਅਦ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਨੂੰ ਲਿਆਂਦਾ ਕੁਝ ਦਿਨ ਪਹਿਲਾਂ ਹੀ ਲੈ ਕੇ ਆਉਂਦਾ, ਅਤੇ ਬਾਅਦ ਵਿੱਚ ਸੂਚੀ ਜਿਹੜੀ ਜਾਰੀ ਕੀਤੀ ਉਹਨਾਂ ਦੇ ਵਿੱਚੋਂ ਇਹਨਾਂ ਦਾ ਨਾਮ ਆ ਜਿਹੜਾ ਉਹ ਸਾਹਮਣੇ ਆਉਂਦਾ ਕਿ ਫਤਿਹਗੜ੍ਹ ਸਾਹਿਬ ਤੋਂ ਸਿਆਸੀ ਆਪਣੀ ਜਿਹੜੀ ਚੋਣ ਹੈ ਉਹ ਲੜਨਗੇ ਆਮ ਆਦਮੀ ਪਾਰਟੀ ਵਾਲੇ ਪਾਸੇ ਤੋਂ। ਉਸ ਤੋਂ ਬਾਅਦ ਦੇ ਵਿੱਚ ਰਾਜਕੁਮਾਰ ਚੱਬੇਵਾਲ ਜਿਹੜੇ ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੇ ਦੌਰਾਨ ਕਰਜ਼ੇ ਦੀ ਪੰਡ ਬਣਾ ਕੇ ਲੈ ਕੇ ਜਾਂਦੇ ਆ, ਆਮ ਆਦਮੀ ਪਾਰਟੀ ਨੂੰ ਭੰਡਦੇ ਆ ਕਿ ਜਿੰਨਾ ਅਸੀਂ 5 ਸਾਲ 'ਚ ਕਰਜ਼ਾ ਲਿਆ ਉਹਦੇ ਨਾਲੋਂ ਵੱਧ ਇਹਨਾਂ ਨੇ 2 ਸਾਲਾਂ ਦੇ ਵਿੱਚ ਲੈ ਲਿਆ, ਇਹ ਪੰਜਾਬ ਨੂੰ ਡੋਬ ਦੇਣਗੇ, ਇਹਨਾਂ ਨੇ 5 ਲੱਖ ਕਰੋੜ ਤੋਂ ਕਰਜ਼ਾ ਟਪਾ ਦੇਣਾ।
ਉਹਨਾਂ ਨੇ ਇੱਕ ਹੱਥ ਦੇ ਵਿੱਚ ਸੰਗਲ ਲੈ ਕੇ ਗਏ ਕਿ ਸੰਗਲ ਵੀ ਲਾ ਦਿਓ ਜੇ ਤੁਹਾਨੂੰ ਐਂ ਲੱਗਦਾ ਕਿ ਅਸੀਂ ਭੱਜਾਂਗੇ ਇੱਥੋਂ ਚਰਚਾ 'ਚੋਂ, ਪਰ ਉਦੋਂ ਕੁਝ ਦਿਨ ਬਾਅਦ ਹੀ ਦੁਬਾਰਾ ਫਿਰ ਤੋਂ ਇੱਕ ਦੂਸਰੇ ਦੇ ਨਾਲ ਜੁੜ ਜਾਂਦੇ ਅਤੇ ਆਮ ਆਦਮੀ ਪਾਰਟੀ 'ਚ ਰਾਜਕੁਮਾਰ ਚੱਬੇਵਾਲ ਸਾਹਿਬ ਆ ਜਾਂਦੇ ਹੈ। ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਹੁਣ ਇਹ ਵੀ ਨਾਲ ਚਰਚਾ ਚੱਲ ਰਹੀ ਹੈ ਕਿ ਚੱਬੇਵਾਲ ਸਾਹਿਬ ਨੂੰ ਹੁਸ਼ਿਆਰਪੁਰ ਤੋਂ ਟਿਕਟ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਸੋ ਇਹ ਦਲ ਬਦਲੀਆਂ ਦਾ ਦੌਰ ਇੱਜੀ ਚੱਲ ਰਿਹਾ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਸਾ ਕੁਝ ਵੀ ਨਹੀਂ ਹੈ। ਪਰ ਸੁਖਵਿੰਦਰ ਸੁੱਖੀ ਜਿਹੜੇ ਉਹ ਵੀ ਮੁੱਖ ਮੰਤਰੀ ਮਾਨ ਨੂੰ ਮਿਲੇ ਸੀ ਅਕਾਲੀ ਦਲ ਦੇ MLA ਨੇ, ਪਰ ਉਹਨਾਂ ਨੇ ਇਹ ਚਰਚਾਵਾਂ ਜਿਹੜੀਆਂ ਚੱਲੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਮਿਲੇ ਨੇ, ਹੋ ਸਕਦਾ ਇੱਧਰਲੇ ਪਾਸੇ ਨੂੰ ਆ ਜਾਣ, ਪਰ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਐਸਾ ਕੁਝ ਨਹੀਂ ਕਰ ਰਿਹਾ। ਮੈਨੂੰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਤੋਂ ਜਿਤਾਇਆ ਅਤੇ ਮੈਂ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਹੈ ਜਿਹੜੀ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕਦਾ, ਮੈਂ ਕਿਤੇ ਵੀ ਨਹੀਂ ਜਾ ਰਿਹਾ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਹਾਂ। ਪਰ ਮੈਂ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਝੰਡੇ ਨੂੰ ਲੈ ਕੇ ਗੱਲ ਕੀਤੀ ਸੀ, ਮੈਡੀਕਲ ਕਾਲਜ ਖੋਲ੍ਹਣ ਨੂੰ ਲੈ ਕੇ ਗੱਲ ਕੀਤੀ ਸੀ, ਤਾਂ ਕਰਕੇ ਮੈਂ ਉਹਨਾਂ ਦੇ ਨਾਲ ਗਿਆ ਸੀ। ਸੋ ਨਿਧੀ, ਇਹ ਤਾਂ ਹਲੇ ਸ਼ੁਰੂਆਤ ਹੈ, ਫਿਲਹਾਲ ਦੇ ਲਈ ਤਾਂ 3-4 ਚਿਹਰੇ ਆ ਜਿਨ੍ਹਾਂ ਨੇ ਸ਼ਫਲਿੰਗ ਕੀਤੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਮੈਂ ਪਹਿਲੇ ਹੀ ਦੱਸ ਚੁੱਕਿਆ ਕਿ ਸਮਾਂ ਬਹੁਤ ਆ ਪੰਜਾਬ ਦੇ ਲੋਕਾਂ ਕੋਲ, ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਕੋਲ, ਪੰਜਾਬ ਦੇ ਕੋਲ ਚੋਣਾਂ ਨੂੰ ਲੈ ਕੇ, ਹਾਲਾਂਕਿ ਉਂਝ ਸਮਾਂ ਨਹੀਂ ਹੈ ਪੰਜਾਬ ਦੇ ਕੋਲ, ਸਮਾਂ ਬੜਾ ਕੀਮਤੀ ਹੋ ਚੁੱਕਿਆ ਅੱਜ ਦੀ ਘੜੀ ਪੰਜਾਬ ਦੇ ਲਈ, ਪਰ ਸਿਆਸੀ ਜੇਕਰ ਆਪਾਂ ਤੌਰ ਦੇ ਉੱਤੇ ਦੇਖੀਏ ਚੋਣਾਂ ਨੂੰ ਲੈ ਕੇ ਬੜਾ ਸਮਾਂ ਪਿਆ ਅਤੇ ਇਹਦੇ ਵਿੱਚ ਬੜੀਆਂ ਡੱਡੂ ਟਪੂਸੀਆਂ ਨੇ ਜਿਹੜੀਆਂ ਉਹ ਸਿਆਸਤਦਾਨਾਂ ਦੀ ਇੱਧਰ ਉੱਧਰਲੇ ਪਾਸੇ ਉੱਧਰੋਂ ਇੱਧਰਲੇ ਪਾਸੇ ਆਪਾਂ ਨੂੰ ਵੇਖਣ ਨੂੰ ਮਿਲ ਸਕਦੇ ਆ। ਜੀ ਨਿਧੀ ਬਿਲਕੁਲ, ਹੁਣ ਇੱਥੇ ਹੀ ਆਪਾਂ ਇਸ ਡਿਸਕਸ਼ਨ ਨੂੰ ਖਤਮ ਕਰਾਂਗੇ, ਕਿਉਂਕਿ 2024 ਦੀਆਂ ਜਿਹੜੀਆਂ ਇਹ ਲੋਕ ਸਭਾ ਚੋਣਾਂ ਨੇ, ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਕਿੰਨੀ ਕੁ ਕਾਰਗਰ ਸਾਬਿਤ ਹੋਏਗੀ, ਇਹ ਤਾਂ ਤਰੀਕ ਹੀ ਬਤਾਏਗੀ ਜਦੋਂ ਐਲਾਨ ਹੋਵੇਗਾ ਇਲੈਕਸ਼ਨ ਦੇ, ਮਤਲਬ ਪ੍ਰੀਖਿਆ ਦੇ, ਜਿਵੇਂ ਕਹਿੰਦੇ ਰਿਜ਼ਲਟ ਦਾ ਐਲਾਨ ਹੁੰਦਾ, ਜਦੋਂ ਰਿਜ਼ਲਟ ਦਾ ਐਲਾਨ ਹੋਏਗਾ ਉਦੋਂ ਹੀ ਪਤਾ ਲੱਗੇਗਾ। ਤਾਂ ਇਸ ਦੇ ਨਾਲ ਹੀ ਆਉਣ ਵਾਲੀਆਂ ਜੋ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤਦਾਨਾਂ ਦੇ ਵੱਲੋਂ ਜੋ ਵੀ ਕੁਝ ਐਲਾਨ ਕੀਤੇ ਜਾਣਗੇ ਜਾਂ ਹੋਰ ਵੀ ਜੋ ਕੁਝ ਕਿਹਾ ਜਾਏਗਾ, ਇਸ ਦੇ ਨਾਲ ਜੁੜੀ ਸਾਰੀ ਅਸੀਂ ਜੋ ਲੋਕਾਂ ਦੀ ਰਾਏ ਹੈ, ਇੱਕ ਗੱਲ ਹੈ, ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਵਾਂਗੇ। ਪਰ ਇਹ ਤਾਂ ਲੋਕ ਹੀ ਡਿਸਾਈਡ ਕਰਨਗੇ, ਉਹੀ ਕਰਨਗੇ ਕਿ ਆਖਰ ਉਹਨਾਂ ਨੇ ਪੰਜਾਬ ਦੇ ਵਿੱਚ ਹੁਣ ਕਿਸ ਨੂੰ ਲੈ ਕੇ ਆਉਣਾ। ਤਾਂ ਇਸ ਦੇ ਨਾਲ ਹੀ ਆਪਾਂ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਅਤੇ ਹੋਰ ਵੀ ਅਪਡੇਟਸ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।